ਅਸਲਾਮ ਅਲੈਕੁਮ, ਕੀ ਹਾਲ ਹੈ ਸੋਹਣਿਓ? ਇਹਨਾਂ ਬਜ਼ੁਰਗਾਂ ਨੂੰ ਸਤਾਇਆ ਨਾ ਸੌਂਕਾ ਦੇ ਨਹੀਂ ਪਾਇਆ। ਹਮਦਾ ਸਿੰਘ ਮੀਮਰਾ ਦੀ ਕੁਮਾਰਾ ਇੱਕ ਵਾਰੀ ਫੇਰ ਆਇਆ, ਇੱਕ ਵਾਰੀ ਫੇਰ ਆਇਆ ਅਤੇ ਹਾਂ ਜੀ ਮੈਂ ਬਾਬਾ ਜੀ ਸਵੀਮਿੰਗ ਪੂਲ ਲੈਣ ਆਇਆ। ਪਹਿਲਾਂ ਤੁਸੀਂ ਵੇਖਿਆ ਹੋਣਾ ਅਸੀਂ ਪੇਂਡੂ ਬੰਦਿਆਂ ਨੇ ਮੰਜੀ ਦਾ ਸਵੀਮਿੰਗ ਪੂਲ ਬਣਾਇਆ ਸੀ, ਪਰ ਇਸ ਦਫ਼ਾ ਮੈਂ ਕਿਹਾ ਚਲੋ ਸ਼ਹਿਰੀ ਬਣਦੇ ਹਾਂ, ਸ਼ਹਿਰੋਂ ਆਇਆ ਸਵੀਮਿੰਗ ਪੂਲ ਲੈਣ। ਇੱਥੇ ਜਾਣਾ ਇੱਕ ਵੇਖੋ, ਡਿਜ਼ਾਇਨਿੰਗ ਵਾਲਾ ਸੀਟ ਵਿੱਚ ਬਣੀ ਹੈ ਪੂਰੀ ਸਵੀਮਿੰਗ ਪੂਲ, ਖੂਬਸੂਰਤ ਇਹ ਸੋਹਣਾ ਲੱਗਾ ਜੀ। ਇਹ ਲੈ ਲਈਏ ਫਿਰ, ਉਹ ਤਾਂ ਨਹਾਉਣਾ ਹੀ ਹੈ, ਭਾਵੇਂ ਛਾਪਰ ਬੰਨ ਕੇ ਨਹਾ, ਭਾਵੇਂ ਸਵੀਮਿੰਗ ਪੂਲ ਪਾ, ਫਿਰ ਛਾਪਰ ਹੀ ਲੈ ਜਾਂਦੇ ਹਾਂ, ਨਹੀਂ ਸਵੀਮਿੰਗ ਪੂਲ ਕਰ ਦੇਣਾ। ਇੱਥੇ ਜੀ ਹੈ ਨਾ ਉਹ ਵਾਲਾ ਸਵੀਮਿੰਗ ਪੂਲ ਪਸੰਦ ਆਇਆ ਮੈਨੂੰ, ਵੀ ਹੈ ਚੌੜਾ ਵੀ ਹੈ ਅਤੇ ਸੀਟ ਸੂਟ ਵੀ ਬਣੀ ਦੀ ਹੈ, ਪਰ ਉਹਦੀ ਕੀਮਤ ਆਉਂਦੀ ਮੈਂ 22,000। ਛਾਪੜ ਲੈ ਚੱਲੇ, ਮੰਜੀ ਦਾ ਬਣਾ ਲਾਂਗੇ, ਛਾਪੜ ਕੋਈ ਆ ਜਾਣਾ 4-5 ਹਜ਼ਾਰ ਦਾ ਵੱਡਾ ਚੋੜਾ, ਅਤੇ ਸਵੀਮਿੰਗ ਪੂਲ ਸਾਡਾ ਬਣ ਜਾਣਾ ਹੈ, 4-5 ਹਜ਼ਾਰ ਦਾ ਵੀ ਨਹੀਂ ਆਉਣਾ। ਆਹੋ ਇੱਕ ਜਣਾ ਸਵੀਮਿੰਗ ਪੂਲ ਜੇ ਛੋਟਾ, ਇਹਦੇ ਵਿੱਚ ਤਾਂ ਕਲਾਸ ਜਾਣਾ ਇਹ ਕਰੇਗਾ 11,500 ਦਾ, ਸਾਰਿਆਂ ਨੂੰ ਮਹਿੰਗਾ ਇੱਥੇ ਗੇਰਾ ਹੈ ਉਹ 22,000 ਵਾਲਾ, ਸਾਰਿਆਂ ਨੂੰ ਮਹਿੰਗਾ ਸਵੀਮਿੰਗ ਪੂਲ ਉਹ ਜੇ 22,000 ਵਾਲਾ। ਇੱਥੇ ਜੇ ਨਾ ਵੱਧ ਤੋਂ ਵੱਧ ਜੇ ਨਾ ਸਵੀਮਿੰਗ ਪੂਲ ਨੇ, ਉਹਦਾ ਮੈਂ ਰੇਟ ਘੱਟ ਕਰਾਇਆ ਸੀ ਉਹਦਾ 22,000, ਤੁਸੀਂ 22,500 ਚੋਂ ਆਉਂਦੇ ਪਿਆ 21,500 ਦਾ ਜਿਹਾ ਮਿਲ ਜਾਏਗਾ, 1,000 ਰੁਪਇਆ ਘੱਟ ਕੀਤਾ ਬਸ। ਹਾਂਜੀ ਭਾਈ ਲੈ ਲੈ ਫਿਰ। ਨਹੀਂ ਭਾਈ ਜੀ ਹੋਰ ਕਿਤੋਂ ਵੇਖਦੇ ਹਾਂ, ਜੇ ਇਹ ਹਿਸਾਬ ਹੋਇਆ ਫਿਰ ਛਾਪਰ ਲੈ ਕੇ ਤੇ ਘਰ ਤੁਰ ਜਾਵਾਂਗੇ। ਨਹੀਂ ਨਹੀਂ ਸਵੀਮਿੰਗ ਪੂਲ ਤੇ ਲੈ ਕੇ ਜਾਵਾਂਗੇ। ਰਸਤੇ 'ਚ ਸਾਨੂੰ ਮਿਲ ਗਈਆਂ ਜੀ ਇੱਥੇ ਸ਼ਰਟਾਂ, ਅਤੇ ਮੈਂ ਕੋਈ ਥੋੜ੍ਹੀ ਜਿਹੀ ਸ਼ਰਟਾਂ ਸ਼ਾਪਿੰਗ ਸ਼ੁਪਿੰਗ ਕਰ ਲਈਏ, ਬਾਵੇ ਸੋਹਣੀ ਸੋਹਣੀ ਲੱਗਣ ਦੀਆਂ ਹਨ, ਨਿੱਕਰ ਅਤੇ ਨਾਲ ਸ਼ਰਟ। ਇਹ ਜਿਹੜੀ ਸ਼ਰਟ ਪਾਈ ਹੈ ਨਾ ਮੈਂ, ਇਹ ਵੀ ਪਿਛਲੇ ਸਾਲ ਜਿਹਾ ਨਾ ਇੱਥੋਂ ਹੀ ਲੈ ਕੇ ਗਿਆ ਬਾਜ਼ਾਰ ਦੇ, ਬਹੁਤ ਵੱਡੇ ਹੀ ਵਰ ਗਏ ਹਾਂ ਸਦਰ। ਇਹ ਲੀਲਾ ਤੋਂ ਤੂੰ ਫਿਰ ਇਹੋ ਜਿਹੀਆਂ ਮੈਂ ਤਾਂ ਹਲਦੀ ਚ ਬਾਹਰ ਆਇਆ, ਸਦਰ ਨੂੰ ਪਸੰਦ ਆਈ ਹੈ ਤੂੰ ਗੱਲ ਜਾ ਫਿਰ ਲੀਲਾ, ਤੂੰ ਕਿਉਂ ਖਰਾਬ ਕੀਤਾ। ਸਦਰ ਨੇ ਜੇ ਹੈ ਨਾ ਆਪਣੀ ਸ਼ਰਟ ਲਈ ਰੇਟ ਕਰਕੇ 700 ਦੀ, ਚੁੱਪ ਕਰੂੰ ਨਾ ਦੱਸੀ ਮੈਂ ਇਹਦੇ ਨਾਲ ਕਰਨਾ ਰੇਟ, ਹੁਣ ਜੇ ਮੈਂ ਤੁਹਾਨੂੰ ਰੇਟ ਕਰਕੇ ਦੱਸਣਾ ਵਾ ਰੇਟ ਕਿੰਨੀ ਕਰੀ ਦੇਖੋ ਫਿਰ। 700 ਰੁਪਈਆ ਯਾਰ ਜੀ ਉੱਚੀ ਬਾਤ ਨਹੀਂ ਹੈ, ਇਸਕਾ ਮੈਂ ਦੂੰਗਾ 300 ਰੁਪਈਆ, ਇਹ ਤਾਂ ਉੱਚੀ ਬਾਤ ਨਹੀਂ ਹੈ, ਜੇ ਮੈਂ 300 ਕਾ ਲੈ ਕੇ ਗਿਆ ਹੂੰ ਯੂਟਿਊਬ ਤੇ ਔਰ ਅੱਛੇ, ਇਹ ਤਾਂ ਅੱਛੀ ਬਾਤ ਨਹੀਂ ਹੈ, ਯੂਟਿਊਬ ਚੈਨਲ ਹੈ ਯਾਰ, ਮੈਂ ਉਹ ਤੇ ਨਾ ਉਹ ਯਾਰ ਇਹ 300 ਕਾ ਲੈ ਕੇ ਗਿਆ ਪੰਖਾ ਸੁਣਾ, ਉਹ ਮੈਂ ਵੀਡੀਓ ਬਣਾਉਂਗਾ ਨਾ, ਉਹ ਲੋਕ ਆਪ ਸੇ ਲੈਣੇ ਆਏਗਾ ਫੀਚਰ ਦੇ।
ਐਸੇ ਫਿਰ ਨਾ ਬਣਾਈ ਤੋਂ ਨਹੀਂ ਲੋ ਕੋਈ ਵੀ ਆਏਗਾ ਨਾਮ ਕਿਆ ਖਾਨ ਸਾਹਿਬ ਆਪਕਾ ਸੁਜਾਦ ਖਾਨ ਬਾਈ ਬਹੁਤ ਅੱਛੇ ਪਿਆਰੇ ਮਾੜੇ ਬਾਈ ਆ ਇੱਥੇ ਸਿਆਲਕੋਟ ਆਓ ਤੇ ਇਹਨਾਂ ਕੋਲ ਸ਼ਰਟਾਂ ਲੈ ਕੇ ਜਾਓ ਤੇ ਮੇਰਾ ਨਾਂ ਲਓਗੇ ਨਾ ਫਿਰ ਨਹੀਂ ਲੱਭਣੀ ਸ਼ਰਟ ਆਪਣਾ ਨਾਂ ਲੈ ਕੇ ਜਾਓ ਸ਼ਾਪਿੰਗ ਜਿਹਾ ਨਾ ਬਾਈ ਕਰ ਲਈਏ ਸਵੀਮਿੰਗ ਪੂਲ ਦਾ ਵੀ ਪਤਾ ਕਰਦੇ ਹਾਂ ਵੇਖਦੇ ਹਾਂ ਸਿਆਲਕੋਟ ਕੋਈ ਵੀ ਸਾਨੂੰ ਕੰਮ ਹੋਏ ਨਾ ਸਾਡੇ ਬਹੁਤ ਹੀ ਪਿਆਰੇ ਉਮਰ ਭਾਈ ਜੇ ਨਾ ਉਹ ਕੰਮ ਜਾਂ ਮਿੰਟਾਂ ਸਕਿੰਟਾਂ ਚੱਲ ਕਰ ਦਿੰਦੇ ਆ ਵੀ ਹੋ ਗਿਆ ਮੇਰੀ ਜਾਨ ਦੇ ਟੋੜਿਓ ਚਲੋ ਆਈ ਹੋ ਸਵੀਮਿੰਗ ਪੂਲ ਵੀ ਲਈਏ ਉਮਰ ਭਾਈ ਦੇ ਨਾਲ ਜਿਹੜੇ ਦੂਸਰੀ ਸਵੀਮਿੰਗ ਪੂਲ ਵਾਲੀ ਦੁਕਾਨ ਤੇ ਅਸੀਂ ਆ ਗਏ ਜੀ ਇੱਥੇ ਤਾਂ ਢੇਰ ਹੀ ਢੇਰ ਲੱਗੇ ਆ ਇਹ ਕਿੰਨੇ ਕੁ ਦਾ ਹੋਣਾ ਭਲਾ ਮਤਲਬ 50,000 ਦਾ ਹੋਏ ਜੀ ਪਿੱਛੋਂ ਹੀ ਰੇਟ ਪੁੱਛ ਗਿਆ ਹੈ ਨਾ ਅਸੀਂ ਸਾਰਿਆਂ ਨੇ ਨਹੀਂ ਪੁੱਛਣਾ ਇੱਕ ਦਾ ਪੁੱਛਣਾ ਇੱਕ ਦਾ 22,000 ਪੁੱਛ ਗਿਆ ਹੈ ਸਾਡੇ 22,000 ਇਹ ਤੇ ਚਾਚਾ ਵੀ ਆਪਣਾ ਉਸ ਦਿਨ ਖੜਿਆ ਸੀ ਚਾਚੇ ਕੋਲ ਆਇਆ ਉਹ ਦਨੀਆਂ ਦੇ ਵੀ ਲੈ ਗਿਆ ਸੀ ਸਵੀਮਿੰਗ ਪੂਲ ਇੱਥੇ ਹੋਣੇ ਲੈ ਗਿਆ ਸੀ ਕੋਈ ਸਸਤਾ ਰੇਟ ਲੱਭ ਗਿਆ ਨਾ ਫੇਰ ਲੈ ਲਾਂਗੇ 16,000 ਦਾ ਪਰ ਕਿੰਨੇ ਫੁੱਟ 5,000 ਦਾ ਜੀ 16,000 ਦਾ ਸਵੀਮਿੰਗ ਪੂਲ 16,000 ਦਾ ਹਾਂ ਵੇਖੋ ਇਹਦੇ ਵਿੱਚ ਚਮਕੀਲਾ ਜੇ ਬਾਰਾਂ ਹਜ਼ਾਰ ਦਾ ਚਲੀਏ ਜਾ ਕੇ ਛਾਪਰ ਲਈਏ ਛਾਪਰ ਲੈ ਲਈਏ ਉਮਰ ਭਾਈ ਮੈਂ ਕਿਹਾ ਨਾ ਨਹੀਂ ਚਾਹੀਦਾ ਕਿਉਂ ਮਹਿੰਗੀ ਕੰਮ ਨਹਾਉਣਾ ਮਹਿੰਗਾ ਪੈ ਰਿਹਾ 16,000 ਦਾ ਉਹ ਵੀ ਸਾਡੇ ਐਸੇ ਇਹਨਾਂ ਦੇ ਉਂਝ ਹੋਣਾ ਵੀਹ ਬਾਈ ਹਜ਼ਾਰ ਦਾ ਹੋਣਾ ਉਮਰ ਭਾਈ ਲੈ ਕੇ ਆਇਆ ਤੇ 16,000 ਆਉਂਦੇ ਭਈਏ ਉਹ ਤੂੰ ਵੀ ਘੱਟ ਹੋ ਹੀ ਜਾਣੇ ਹਨ ਜੇ ਲੈਂਦੇ ਇਹਦੇ ਤੇ 15-14 ਤੱਕ ਚਲੋ ਲੱਭ ਹੀ ਜਾਣਾ ਸੀ ਪਰ 10x6 ਦਾ ਖੜੇ ਹੀ ਥੋੜ੍ਹਾ ਛੋਟਾ ਹੀ ਇਹਦੇ ਨਾਲ ਉਹ ਅਸੀਂ 16,000 ਦਾ ਖੜੇ ਇਸ ਟਾਈਮ ਜਾਣਾ ਅਸੀਂ ਆ ਗਏ ਜੇ ਦੁੱਧ ਦਹੀਂ ਦੀ ਦੁਕਾਨ ਹੈ ਇੱਥੋਂ ਲੱਸੀ ਬਣਨ ਰਹੀ ਹੈ ਸਾਡੇ ਵਾਸਤੇ
ਲੱਸੀ ਪੀ ਲਓ। ਬਿਸਮਿਲ੍ਲਾ ਯਾਰ ਆਏ ਹਾਏ ਮਜ਼ੇਦਾਰ ਹੈ, ਮੈਂ ਕਹਿੰਦਾ ਯਮ ਯਮ ਹੋ ਗਿਆ, ਮਜ਼ੇਦਾਰ ਹੈ। ਲੋ ਯਾਰ ਮੈਂ ਪੀ ਕੇ ਦੱਸਾਂ ਲੰਗਾ ਵਾ, ਇੰਨਾ ਟਾਈਮ ਨਹੀਂ ਹੈ ਸਾਡੇ ਕੋਲ, ਪੈਸੇ ਦੇ ਕੇ ਤੇ ਆਈ। ਚਲੋ ਠੀਕ ਹੈ ਜਾਓ, ਠੀਕ ਹੈ। ਲੱਸੀ ਪੀ ਕੇ ਜਾਂ ਯਮ ਯਮ ਹੋ ਗਿਆ, ਠੰਡ ਪੈ ਗਈ ਪਿੰਡ ਵਾਪਸ ਨੀ ਕਰਨਾ ਅਮਨ ਭਾਈ ਆਪਣੇ ਘਰ ਨੂੰ ਦੇ ਆਪਣੇ ਘਰ ਨੂੰ ਚੱਲ ਵੇਖੋ ਜੀ ਇਹਦੇ ਕੰਮ ਨੂੰ ਜਾਣੇ ਦੇ ਚੰਗਾ ਕਿਰਾਇਆ ਬਚ ਜਾਂਦਾ ਤੁਹਾਡਾ, ਕਿੱਥੇ ਜਾਣਾ ਜੀ ਅੱਗੇ? ਕੈਂਟ ਚਲਾਉਂਦੇ ਜਾਂਦੇ ਹੋ? ਪੈਰਾਂ ਦੇ ਬੂਟ ਨੇ ਭਾਈ ਹੋਇਆ ਕੁਝ ਫਾਂਡੇ ਕਢਾਈ ਜਾਣ ਡੇ ਹਨ। ਚਲੋ ਜੀ ਯੂਟਿਊਬ ਚਲਾਉਂਦੇ ਹੋ? ਤੇਰੀ ਮਿਹਰਬਾਨੀ ਆ, ਸਾਨੂੰ ਛੱਡ ਦੇ, ਤੇਰੀ ਮਿਹਰਬਾਨੀ ਆ। ਵੇਖੋ ਜੀ ਭਾਈ ਹੋਈ ਭਾਜੀ ਕਿ ਸਾਡੇ ਪੇਟੇ ਨਾ ਪਿਓ, ਨਹੀਂ ਪੈਂਦੇ ਤੁਹਾਡੇ ਪੇਟੇ ਭਾਈ ਹੋਣਾ ਜਿਹੜਾ ਪੂਰੀ ਜਹਾਜ ਮਕੈਨਿਕ ਨੇ ਯਾਰ ਛੇ ਦੱਸਿਆ 6 ਸਾਲ ਹੋ ਗਏ ਨੇ ਚਲਾਉਂਦੇ ਆ, 6 ਸਾਲ ਹੋ ਗਏ ਹਾਂ ਜੀ ਤੇ ਥੋੜੀ ਆ। ਓਏ ਹੋਏ 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 ਵੇਖੀ ਚਾਚਾ ਕਿਤੇ ਮਾਜੀ ਨਹੀਂ ਲਈ ਮੋੜ ਗੱਡੀ ਨਹੀਂ ਨਾ ਮਾਜੀ, ਸਾਨੂੰ ਤਾਂ ਵੇਖ ਕੇ ਡਰ ਲੱਗਣ ਡਿਆ, ਇਹ ਫਾਂਡੇ ਕਢਾਈ ਆ ਜਾ ਵੇਖੋ ਯਾਰ ਚਾਚੇ ਨੂੰ ਲਈ ਨਾ, ਤੇਰੀ ਮਿਹਰਬਾਨੀ ਆ। ਕੀ ਕਰੂ ਯਾਰ, ਕੀ ਕਰੂ ਯਾਰ, ਬੜਾ ਖਤਰਨਾਕ। ਕਿੱਥੋਂ ਸਾਨੂੰ ਟੱਕਰ ਪਿਆ,
ਸਾਰਿਆਂ ਨਾਲ ਪੰਗੇ ਲਈ ਜਾਂਦਾ ਜੀ ਹੋਵੇ ਕੂੜਾ ਨੂੰ ਜਾ ਚ ਉਹਦੀ ਬਰੇਕਾਂ ਬਰੂਕਾਂ ਲਾ ਕੇ ਪੂਰੀ ਚਲਾਉਂਦਾ ਗੱਡੀਆਂ ਨੂੰ ਕੱਟਾਂ ਮਾਰਦਾ ਜਾਣ ਡਿਆ ਆ ਗਿਆ ਜੀ ਵਾਪਸ ਆਪਣੇ ਪਿੰਡ ਜਿਹਦੀ ਵੱਖਰੀ ਹੈ ਤੋਰ ਇੱਥੇ ਆ ਤੈਨੂੰ ਮਿਲਣਗੇ ਬੜੇ ਪਰ ਮਿਲੂਗਾ ਨਾ ਸਾਡੇ ਜਿਹਾ ਕੋਈ ਹੋਰ ਹਮਜ਼ਾ ਸਿੱਧੂ ਦੀ ਵੱਖਰੀ ਹੈ ਤੋਰ ਜਿਹੜਾ ਲੇਗਾ ਪੰਗਾ ਨੂੰ ਦਿਆਂਗੇ ਤੋਰ ਮਰੋਰ ਨਹੀਂ ਹਮਜ਼ਾ ਸਿੱਧੂ ਦਾ ਕਿਤੇ ਕੋਈ ਚੋਰ ਲੱਭ ਕੇ ਵਾਹੋ ਮੈਨੂੰ ਕੋਈ ਮੇਰੇ ਜਿਹਾ ਹੋਰ ਚਾਚੀ ਹੋਣੀ ਜਿਹਾ ਨਾ ਬੋਕਸਿੰਗ ਖੇਡਣ ਲੱਗ ਪਏ ਜੀ ਭਾਈ ਸਦਾ ਦੇ ਨਾਲ ਚਾਚੂ ਜੋੜੇ ਜੀ ਹੈ ਨਾ ਬੋਕਸਿੰਗ ਖੇਡਦੇ ਹੋਏ ਘਰ ਵਾਪਸੀ ਆਏ ਆ ਬੋਕਸਿੰਗ ਸਟਾਰਟ ਕਰ ਲਈਏ ਭਾਈ ਸਦਰ ਦੇ ਨਾਲ ਲਓ ਭਾਈ ਹਾਏ ਲਾਣੀ ਥੋੜੀ ਹੈ ਹਿੰਮਤ ਆਈ ਤੇ ਕਰ ਮੁਕਾਬਲਾ ਚਲੋ ਆਓ ਹਾਏ 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 ਇੰਨੀ ਗਰਮੀ ਇੰਨੀ ਗਰਮੀ ਰਸਤੇ ਚ ਸੇਕ ਸੇਕ ਵਾਪਸੀ ਤੇ ਜਾਂਦੇ ਗੱਡੀਆਂ ਦਾ ਸੇਕ ਟਾਇਰਾਂ ਦਾ ਉੱਤੋਂ ਮੌਸਮ ਦਾ ਗਰਮੀ ਦਾ ਫੁੱਲ ਟੀਂਡੀ ਬਾਵਾ ਹੋਈ ਮੇਰੇ ਵਾਲ ਵੇਖੋ ਹੱਥ ਹੀ ਨਹੀਂ ਪੀ ਲੈਂਦਾ ਵਿੱਚੋਂ ਘੱਟੋ ਘੱਟੀ ਹੋ ਗਏ ਆ ਬਾਕੀ ਚਲੋ ਹੁਣ ਰੈਸਟ ਕਰਨੇ ਆ ਇਨਸ਼ਾਅੱਲਾ ਫਿਰ ਮਿਲਦੇ ਸੁਬਾਹ ਨੈਕਸਟ ਵਲੋਗ 'ਚ ਅੱਜ ਦੇ ਵਲੋਗ ਕਿੰਨੇ ਲੱਗਾ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਦੋ ਫਿਰ ਇਜਾਜ਼ਤ ਫਕੀਰ ਰਹਿਣਾ ਸਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਘੱਟੋ ਘੱਟੀ ਹਾਂਜੀ ਘੱਟੋ ਘੱਟੀ ਇਹ ਤਾਂ ਗੱਲ ਠੀਕ ਹੈ ਤੁਹਾਨੂੰ ਵੀ ਘੱਟੋ ਘੱਟੀ ਹੋਣਾ ਇੱਕ ਦਿਨ ਹਾਂ ਵੀ ਘੱਟੋ ਘੱਟੀ ਹੋ ਜਾਣਾ ਇੱਕ ਦਿਨ ਸਾਰਿਆਂ ਘੱਟੋ ਘੱਟੀ ਹੋ ਜਾਣਾ ਇੱਥੇ ਉੱਥੇ ਦਰਬਾਰ ਤੇ ਦਰਬਾਰ ਤੋਂ ਪਰਾਂ ਹਾਂ ਤੂੰ ਨਹੀਂ ਹੋਣਾ ਚਾਚੂ ਜੋੜੀ ਜਾਣ ਸਦਰ ਦੇ ਨਾਲ ਬੋਕਸਿੰਗ ਇਸ ਟਾਈਮ ਕਰਨ ਦੇ ਨੇ ਅਤੇ ਮੈਂ ਵੀਡੀਓ ਬੰਦ ਕਰ ਲਾਂ ਇਹਨਾਂ ਨਾਲ ਪਹਿਲਾਂ ਝੋੜੀ ਸਦਰ ਨੂੰ ਘੁੱਟ ਦੇਣ ਵੀਡੀਓ 'ਤੇ ਚੱਕਣਾ 'ਚ ਫਿਲਹਾਲ ਫਿਰ ਦੋ ਫਿਰ ਇਜਾਜ਼ਤ ਫਕੀਰਾਂ ਨਾਲ ਸਦਾ ਕਰ ਚਲੇ ਮੀਆਂ ਖੁਸ਼ ਰਹੋ ਦੁਆ ਕਰ ਚਲੇ ਅੱਲਾ ਹਾਫਿਜ਼ ਬਾਏ ਬਾਏ ਟਾਏ ਟਾਏ